ਸਤਿ ਸ਼੍ਰੀ ਅਕਾਲ ਜੀ, ਆਈ ਐਮ ਦਵਿੰਦਰ ਕੌਰ ਤਵਨ, ਆਈ ਐਮ 56 ਈਅਰਸ ਓਲਡ ਔਰ ਮੈਂ ਓਬੈਸਿਟੀ ਸੇ ਕਾਫੀ ਜ਼ਿਆਦਾ ਸਫ਼ਰ ਕਰ ਰਹੀ ਥੀ ਔਰ ਹਮ ਆਪਰੇਸ਼ਨ ਕੇ ਬਾਰੇ ਮੈਂ ਸੋਚ ਰਹੇ ਥੇ ਤੋ ਲੋਕੋ ਕੀ ਬਾਤੇ ਸੁਣਕਰ ਹਮੇਂ ਇਤਨਾ ਵੋ ਨਹੀਂ ਹੋਤਾ ਥਾ। ਹਮਨੇ ਡਾਕਟਰ ਸਾਹਿਬ ਕੇ ਬਾਰੇ ਮੇਂ ਸੁਣਾ ਔਰ ਜਬ ਉਨਸੇ ਮਿਲੇ ਤੋ ਬਹੁਤ ਹੀ ਅੱਛਾ ਲਗਾ, ਇਤਨਾ ਅੱਛਾ ਲਗਾ ਕਿ ਹਮਨੇ ਇਹ ਸੋਚਿਆ ਕਿ ਅਬ ਹਮ ਸੇਫ ਹੈਂਡਸ ਮੇਂ ਆ ਗਏ ਹੈ ਔਰ ਅਬ ਮੇਰੀ ਜ਼ਿੰਦਗੀ ਦੁਬਾਰਾ ਸੇ ਸ਼ੁਰੂ ਹੋ ਜਾਏਗੀ। ਫਿਰ ਉਹਨੇ ਹਮਾਰੇ ਕੋ ਸਾਰਾ ਕੁਛ ਬਤਾਇਆ। ਮੇਰੇ ਕੋ ਪ੍ਰੋਬਲਮ ਥੀ, ਮੈਂ ਸਾਂਸ ਬਹੁਤ ਲੇਤੀ ਥੀ, ਵਾਸ਼ਰੂਮ ਤੱਕ ਨਹੀਂ ਜਾ ਸਕਦੀ ਥੀ, ਹਾਂਫਤੀ ਥੀ, ਡਰਤੀ ਥੀ ਕਿ ਅਬ ਮੇਰੀ ਲਾਈਫ ਬਹੁਤ ਥੋੜ੍ਹੀ ਰਹਿ ਜਾਏਗੀ, ਮੇਰੇ ਕੋ ਕਿਸੇ ਟਾਈਮ ਵੀ ਕੁਛ ਹੋ ਸਕਦਾ ਹੈ। ਮਗਰ ਜਬ ਡਾਕਟਰ ਸਾਹਿਬ ਸੇ, ਡਾਕਟਰ ਅਮਿਤ ਸੂਦ ਸੇ ਮਿਲੇ ਤੋ ਬਹੁਤ ਹੀ ਅੱਛਾ ਲਗਾ। ਉਹਨੇ ਇਤਨਾ ਮੋਟੀਵੇਟ ਕੀਆ ਔਰ ਲੋਗੋ ਨੇ ਹਮੇਂ ਕਿਹਾ ਕਿ ਆਪ ਲੁਧਿਆਣਾ ਛੋੜ ਕੇ ਮੋਗਾ ਮੇਂ ਕਿਉਂ ਕਰਵਾ ਰਹੇ ਹੋ ਆਪਣੀ ਸਰਜਰੀ। ਤੋ ਹਮੇਂ ਡਾਕਟਰ ਸਾਹਿਬ ਨੇ ਬਤਾਇਆ ਕਿ ਮੇਰਾ ਸੈਂਟਰ ਵਹੀ ਹੈ, ਆਪ ਦੇਖੋ, ਆਪ ਆਓ, ਵਿਜ਼ਿਟ ਕਰੋ। ਹਮੇਂ ਬਹੁਤ ਅੱਛਾ ਲਗਾ ਔਰ ਇਨਕਾ ਸਟਾਫ ਇਤਨਾ ਕੋਆਪਰੇਟਿਵ ਹੈ, ਇਤਨੇ ਐਡਜਸਟਿਵ ਨੇਚਰ ਕੇ ਡਾਕਟਰ ਸਾਹਿਬ ਹੈ ਕਿ ਮੈਂ ਤੋ ਸੋਚ, ਮੇਰੇ ਲਈ ਤੂੰ ਭਗਵਾਨ ਹੈ ਕਿਉਂਕਿ ਉਹਨੇ ਮੇਰੇ ਕੋ ਤੋਂ ਨਵਾਂ ਜੀਵਨ ਦਿਆ ਔਰ ਮੈਂ ਬਹੁਤ ਖੁਸ਼ ਹੂੰ। ਅਬ ਮੇਰੀ ਕਾਫੀ ਪ੍ਰੋਬਲਮਸ, ਜੈਸੇ ਮੇਰੇ ਕੋ ਹਾਈ ਬੀ ਪੀ ਕੀ ਪ੍ਰੋਬਲਮ ਥੀ, ਵੋ ਮੇਰੇ ਕੋ ਠੀਕ ਆਤੀ ਹੈ। ਬੈਕ ਏਕ ਕੀ ਥੀ, ਮੈਂ 5 ਮਿੰਟ ਸਟ੍ਰੇਟ ਖੜੀ ਨਹੀਂ ਹੋ ਸਕਦੀ ਥੀ ਔਰ ਅਬ ਮੈਂ 5 ਮਿੰਟ ਸਟ੍ਰੇਟ ਖੜੀ ਹੋ ਸਕਦੀ ਹੂੰ, ਥੋੜ੍ਹੀ ਵਾਕ ਵੀ ਕਰਤੀ ਹੂੰ। ਮੁਝੇ ਆਪਰੇਟ ਹੋਏ ਅੱਜ 5 ਦਿਨ ਹੈ ਤੋ ਮੈਂ ਕਾਫੀ ਨੋਰਮਲ ਫੀਲ ਕਰ ਰਹੀ ਹੂੰ ਔਰ ਮੁਝੇ ਆਸ਼ਾ ਹੈ ਕਿ ਮੇਰਾ ਵੇਟ ਔਰ ਵੀ ਡੇ ਬਾਏ ਡੇ ਕਮ ਹੋ ਜਾਏਗਾ ਔਰ ਮੈਂ ਤੋ ਬਹੁਤ ਥੈਂਕਫੁਲ ਹੂੰ ਉਸ ਆਲ ਮਾਈਟੀ ਗੋਡ ਕੀ ਔਰ ਡਾਕਟਰ ਸਾਹਿਬ ਡਾਕਟਰ ਅਮਿਤ ਸੂਦ ਕੀ ਜਿਨ੍ਹੋਂ ਨੇ ਮੇਰਾ ਇਲਾਜ ਕੀਆ ਔਰ ਮੁਝੇ ਨਈ ਜ਼ਿੰਦਗੀ ਦੀ। ਤੋ ਮੈਂ 2 ਮਿੰਟ, ਆਈ ਵਿਲ ਆਲਸੋ ਟੇਕ 2 ਮਿੰਟਸ ਐਂਡ ਆਈ ਵਿਲ ਟਾਕ ਅਬਾਊਟ ਮਾਈ ਮਦਰ। ਸ਼ੀ ਇਜ਼ ਮਾਈ ਮਦਰ, ਸ਼ੀ ਇਜ਼ 56 ਈਅਰਸ ਓਲਡ ਐਂਡ ਅਭੀ ਇਨਕਾ ਪ੍ਰੈਜੈਂਟ ਵੇਟ ਹੈ, ਲਾਈਕ ਬਿਫੋਰ ਸਰਜਰੀ ਅਭੀ ਵੇਟ ਥਾ 130 ਕੇਜੀਸ, ਸੋ ਜੋ ਕਿ ਮਤਲਬ ਬਹੁਤ ਜ਼ਿਆਦਾ ਹੈ। ਨੋਰਮਲ ਉਨਕੀ ਹਾਈਟ ਕੇ ਅਕੋਰਡਿੰਗ ਉਨਕਾ ਵੇਟ ਥੋੜ੍ਹਾ ਰੇਂਜ ਮੇਂ ਅੰਡਰ 60 ਹੋਣਾ ਚਾਹੀਏ। ਤੋ ਕਾਫੀ ਟਾਈਮ ਸੇ ਮਤਲਬ ਉਨਕੋ ਸਾਂਸ ਫੂਲਨਾ ਔਰ ਇਸੀ ਚੱਕਰ ਮੇਂ ਉਨਕਾ ਐਸਥਮਾ ਵੀ ਬੜ ਗਿਆ, ਬਿਕੋਜ਼ ਉਨਕਾ ਵੇਟ ਇਤਨਾ ਜ਼ਿਆਦਾ ਥਾ ਔਰ ਹਮੇਂ ਲਗਤਾ ਥਾ ਕਿ ਵੋ ਐਸਥਮਾ ਨਹੀਂ ਹੈ, ਵੋ ਖਾਂਸੀ ਕੀ ਵਜਹ ਸੇ ਔਰਗਨਸ ਪੇ ਫੈਟ ਆ ਰਹਾ ਹੈ। ਤੋ ਹਮ ਉਸ ਚੀਜ਼ ਕਾ ਇਲਾਜ ਹੀ ਨਹੀਂ ਕਰਵਾ ਪਾਏ, ਰਾਦਰ ਫਿਰ ਮੇਰੇ ਡੈਡ ਨੇ ਸੁਣਾ ਕਿ ਐਸੇ ਇੱਕ ਬਾਇਰੈਟ੍ਰਿਕ ਸਰਜਨ ਹੈ, ਮੋਗਾ ਮੇਂ ਬੇਸਡ ਹੈ ਵੋ, ਡਾਕਟਰ ਅਮਿਤ ਸੂਦ, ਬਟ ਹੀ ਆਲਸੋ ਵਿਜ਼ਿਟਸ ਇਨ ਮੈਨੀ ਅਦਰ ਸਿਟੀਜ਼ ਇਨ ਪੰਜਾਬ, ਫਿਰੋਜ਼ਪੁਰ ਮੇਂ ਆਤੇ ਹੈ, ਫਰੀਦਕੋਟ ਮੇਂ ਜਾਤੇ ਹੈ, ਬਠਿੰਡਾ ਜਾਤੇ ਹੈ, ਮੈਨੀ ਅਦਰ ਸਿਟੀਜ਼, ਗੂਗਲ ਪੇ ਸਭ ਉਨਕੇ ਲਈ ਇਨਫੋਰਮੇਸ਼ਨ ਸਾਰੀ ਅਵੇਲੇਬਲ ਹੈ ਉਨਕੀ। ਤੋ ਡੈਡ ਮੈਟ ਹਿਮ 4-5 ਟਾਈਮਸ ਪਹਿਲੇ, ਪਾਪਾ ਮਿਲੇ, ਬਿਕੋਜ਼ ਇੱਕ ਵਾਰ ਹਰ ਕਿਸੇ ਕੋ ਸਰਜਰੀ ਕੇ ਨਾਮ ਸੇ ਡਰ ਲੱਗ ਜਾਤਾ ਹੈ ਕਿ ਓਪਰੇਸ਼ਨ ਹੋਣਾ ਹੈ, ਪਤਾ ਨਹੀਂ, ਹਮਾਰੇ ਸਭੀ ਮੇਂ ਨਾ ਇੱਕ ਹਵਾ ਬਣਾ ਹੁਆ ਹੈ, ਪਤਾ ਨਹੀਂ ਓਪਰੇਸ਼ਨ ਹੈ ਕਿਆ ਹੈ ਕਿਆ ਨਹੀਂ ਹੈ। ਮੇਰੀ ਮੰਮਾ ਪਿਛਲੇ 5-7 ਸਾਲ ਸੇ ਸੋਚ ਰਹੀ ਹੈ ਕਿ ਕਰਵਾਏਂਗੀ ਕਰਵਾਏਂਗੀ, ਪਰ ਡਰ ਜਾਤੀ ਹੈ, ਪਤਾ ਨਹੀਂ ਕਿਆ ਹੋਗਾ, ਬਟ ਇਟ ਇਜ਼ ਅ ਵੈਰੀ ਸੇਫ ਸਰਜਰੀ, ਕੁਛ ਵੀ ਨਹੀਂ ਹੈ, ਸਿਰਫ ਲੇਜ਼ਰ ਓਪਰੇਟਡ ਸਰਜਰੀ ਹੈ, ਜਿਸਕੇ ਆਫਟਰ ਇਫੈਕਟਸ ਅਭੀ ਤੋ ਵੀ ਆਰ ਵੈਰੀ ਐਕਸਾਈਟਿਡ ਕਿ ਅਭੀ ਮੰਮਾ ਕਾ ਜੈਸੇ 3-4 ਦਿਨ ਸ਼ੀ ਟੋਲਡ ਹੁਆ ਹੈ ਕਰਵਾਏ ਹੋਏ, ਤੋ ਲੈਟ ਅਸ ਸੀ ਕਿ ਕਿਤਨਾ ਆਤਾ ਹੈ, ਮਤਲਬ ਐਵਰੇਜ ਵੋ ਬੋਲਤਾ ਹੈ ਕਿ ਬਹੁਤ ਜ਼ਿਆਦਾ। ਵੀ ਹੈਵ ਆਲਸੋ ਮੈਟ ਪੇਸ਼ੈਂਟਸ ਯਹਾਂ ਪੇ ਜਿਨਕਾ ਬਹੁਤ ਜ਼ਿਆਦਾ ਇੰਪਰੂਵਮੈਂਟ ਹੁਆ ਹੈ, ਔਰ ਯਹਾਂ ਪੇ ਅਗਰ ਕਿਸੀ ਕੋ ਵੀ ਕੋਈ ਵੀ ਡਾਊਟ ਹੈ, ਆਪ ਘਰ ਪੇ ਬੈਠ ਕੇ ਨਹੀਂ ਵੇਟ ਕਰੋ, ਆਪ ਰਾਦਰ ਇੱਕ ਵਾਰ ਕਿਸੀ ਵੀ ਸਿਟੀ ਮੇਂ ਜਹਾਂ ਪੇ ਡਾਕਟਰ ਅਮਿਤ ਸੂਦ ਵਿਜ਼ਿਟ ਕਰਤੇ ਹੈ, ਵਹਾਂ ਪੇ ਜਾਈਏ, ਉਨਸੇ ਇੱਕ ਵਾਰ ਮਿਲ ਲੀਜੀਏ, ਫਿਰ ਆਪ ਆਪਣਾ ਮਨ ਆਪਕਾ ਖੁਦ ਬੇ ਖੁਦ ਬਣ ਜਾਏਗਾ। ਬਿਕੋਜ਼ ਅਗਰ ਆਪਕਾ ਵੇਟ ਇਤਨਾ ਜ਼ਿਆਦਾ ਹੈ, ਆਪ ਮਾਨ ਕੇ ਚਲੋ ਆਪਕੀ ਲਾਈਫ 5-10 ਸਾਲ ਆਟੋਮੈਟਿਕਲੀ ਕਮ ਹੋ ਚੁੱਕੀ ਹੈ, ਐਂਡ ਅਭੀ ਮੰਮਾ ਖੁਦ ਇਤਨਾ ਮੋਟੀਵੇਟਡ ਹੈ ਕਿ ਉਨਕੋ ਆਪਣਾ ਲਾਈਫ ਸਟਾਈਲ ਪੁਰਾਣਾ ਵਾਲਾ ਬਿਫੋਰ ਦਿਸ ਓਬੇਸਿਟੀ ਵਾਪਸ ਲੈ ਕੇ ਆਉਣਾ ਹੈ। ਸੋ ਵੀ ਆਰ ਵੈਰੀ ਹੋਪਫੁਲ ਐਂਡ ਲੈਟਸ ਹੋਪ ਫੋਰ ਦ ਬੈਸਟ। ਯੈਸ, ਠੀਕ ਹੈ, ਥੈਂਕ ਯੂ, ਥੈਂਕ ਯੂ।